ਸਵੇਰੇ ਤੜਕੇ ਤੋਂ ਹੋ ਰਹੀ ਬਰਸਾਤ ਦੇ ਕਾਰਨ ਸਥਾਨਕ ਬਡਾਲੀ ਰੋਡ ਦੇ ਉੱਪਰ ਇੱਕ ਪਲਾੜੀ ਚ ਕਾਫੀ ਪਾਣੀ ਭਰ ਗਿਆ, ਜਿੱਥੇ ਇੱਕ ਗਊ ਫਸ ਗਈ। ਕਾਫੀ ਟਾਈਮ ਤੜਫਦੀ ਰਹੀ। ਕੁਝ ਸਮਾਜਸੇਵੀ ਲੋਕਾਂ ਨੇ ਜਿਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ, ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਉਸ ਨੂੰ ਬਚਾਉਣ ਲਈ ਨਹੀਂ ਪੁੱਜਿਆ। ਇਸ ਨੂੰ ਦੇਖਦੇ ਹੋਏ ਸਥਾਨਕ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਰਾਣਾ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜ ਗਏ। ਤੇਜ਼ ਬਰਸਾਤ ਦੇ ਵਿੱਚ ਵੀ ਕਿਸੇ ਡਰ ਭੈ ਤੋਂ ਉਹਨਾਂ ਨੇ ਗਾਂ ਦਾ ਰੈਸਕਿਊ ਕਰਕੇ ਉਸ ਨੂੰ ਵਾਪਸ ਬਚਾ ਲਿਆ ਗਿਆ। ਗਾਂ ਪਹਿਲਾਂ ਕਾਫੀ ਟਾਈਮ ਤੜਫਦੀ ਰਹੀ, ਉਹਨਾਂ ਗੱਡੀ ਵਿੱਚ ਪਾ ਕੇ ਰੈਸਕਿਊ ਕਰਕੇ ਉਹਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਔਰ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਮਾਮਲਾ ਕੀ ਹੈ। ਸਵੇਰੇ ਤੜਕੇ ਤੋਂ ਹੋ ਰਹੀ ਬਰਸਾਤ ਦੇ ਕਾਰਨ ਸਥਾਨਕ ਬਡਾਲੀ ਰੋਡ ਦੇ ਉੱਪਰ ਇੱਕ ਪਲਾੜੀ ਚ ਕਾਫੀ ਪਾਣੀ ਭਰ ਗਿਆ, ਜਿੱਥੇ ਇੱਕ ਗਊ ਫਸ ਗਈ। ਕਾਫੀ ਟਾਈਮ ਤੜਫਦੀ ਰਹੀ। ਕੁਝ ਸਮਾਜਸੇਵੀ ਲੋਕਾਂ ਨੇ ਜਿਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ, ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਉਸ ਨੂੰ ਬਚਾਉਣ ਲਈ ਨਹੀਂ ਪੁੱਜਿਆ। ਇਸ ਨੂੰ ਦੇਖਦੇ ਹੋਏ ਸਥਾਨਕ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਰਾਣਾ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜ ਗਏ। ਤੇਜ਼ ਬਰਸਾਤ ਦੇ ਵਿੱਚ ਵੀ ਕਿਸੇ ਡਰ ਭੈ ਤੋਂ ਉਹਨਾਂ ਨੇ ਗਾਂ ਦਾ ਰੈਸਕਿਊ ਕਰਕੇ ਉਸ ਨੂੰ ਵਾਪਸ ਬਚਾ ਲਿਆ ਗਿਆ। ਗਾਂ ਪਹਿਲਾਂ ਕਾਫੀ ਟਾਈਮ ਤੜਫਦੀ ਰਹੀ, ਉਹਨਾਂ ਗੱਡੀ ਵਿੱਚ ਪਾ ਕੇ ਰੈਸਕਿਊ ਕਰਕੇ ਉਹਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਔਰ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਮਾਮਲਾ ਕੀ ਹੈ। ਸਵੇਰੇ ਤੜਕੇ ਤੋਂ ਹੋ ਰਹੀ ਬਰਸਾਤ ਦੇ ਕਾਰਨ ਸਥਾਨਕ ਬਡਾਲੀ ਰੋਡ ਦੇ ਉੱਪਰ ਇੱਕ ਪਲਾੜੀ ਚ ਕਾਫੀ ਪਾਣੀ ਭਰ ਗਿਆ, ਜਿੱਥੇ ਇੱਕ ਗਊ ਫਸ ਗਈ। ਕਾਫੀ ਟਾਈਮ ਤੜਫਦੀ ਰਹੀ। ਕੁਝ ਸਮਾਜਸੇਵੀ ਲੋਕਾਂ ਨੇ ਜਿਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ, ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਉਸ ਨੂੰ ਬਚਾਉਣ ਲਈ ਨਹੀਂ ਪੁੱਜਿਆ। ਇਸ ਨੂੰ ਦੇਖਦੇ ਹੋਏ ਸਥਾਨਕ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਰਾਣਾ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜ ਗਏ। ਤੇਜ਼ ਬਰਸਾਤ ਦੇ ਵਿੱਚ ਵੀ ਕਿਸੇ ਡਰ ਭੈ ਤੋਂ ਉਹਨਾਂ ਨੇ ਗਾਂ ਦਾ ਰੈਸਕਿਊ ਕਰਕੇ ਉਸ ਨੂੰ ਵਾਪਸ ਬਚਾ ਲਿਆ ਗਿਆ। ਗਾਂ ਪਹਿਲਾਂ ਕਾਫੀ ਟਾਈਮ ਤੜਫਦੀ ਰਹੀ, ਉਹਨਾਂ ਗੱਡੀ ਵਿੱਚ ਪਾ ਕੇ ਰੈਸਕਿਊ ਕਰਕੇ ਉਹਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਔਰ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਮਾਮਲਾ ਕੀ ਹੈ।